जी हाँ, मेरे वालों सारे श्रोतियों नूं प्यार भरी सत श्रीकाल। हुण समां हो गया प्रोग्राम खबर ते नज़र बलतेज पन्नू जी दे नाल। इहदा प्रोग्राम शुरू करन तों पहलों स्पॉन्सरां दा धन्नवाद करना चाहुंदे हां। खालसा इंश्योरेंस सैनोजे तों, गुरदीप सिंह बिरदी क्लोविस तों, सतनाम सिंह शेरगिल सैलमा तों, हरमिंदर समरा सैक्रामेंटो तों, रणबीर सिंह राणा बेकरसफील्ड तों, जगतार सिंह आनंदपुरी फ्रीमाण तों, जरनैल सिंह जी लिनवुड तों, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਅਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਨੀਵਰਸਿਟੀ ਤੋਂ ਅਤੇ ਸਰਬਜੀਤ ਸਿੰਘ ਅਤੇ ਪੁਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਨਿਗਾਹ ਮਾਰਦੇ ਹਾਂ ਜੀ, ਕੀ ਕੁਛ ਜਿਹੜਾ ਵਾਪਰਿਆ, ਕੁਛ ਬਹੁਤ ਵੱਡੀਆਂ ਕਿਉਂਕਿ ਅਹਿਮ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ, ਉਹਨਾਂ ਦੇ ਉੱਤੇ ਐਕਸ਼ਨ ਰਿਐਕਸ਼ਨ ਜਿਹੜਾ ਜੀ ਉਹ ਚੱਲ ਰਿਹਾ। ਇਹਦੂ ਪਹਿਲਾਂ ਕਿ ਜਿਹੜਾ ਇੱਥੇ ਗੱਲਬਾਤ ਜਿਹੜੀ ਕਰੀਏ ਭਾਰਤੀ ਜਨਤਾ ਪਾਰਟੀ ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਜਿਹੜਾ ਜੀ 550 ਸਾਲਾ, ਉਹਨੂੰ ਲੈ ਕੇ ਕਾਫੀ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਉਹਦੀ ਗੱਲ ਪਹਿਲਾਂ ਜਿਹੜੀ ਉਹ ਕਰ ਲਈਏ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ 11 ਯੂਨੀਵਰਸਿਟੀਆਂ ਦੇ ਵਿੱਚ ਚੇਅਰ ਸਥਾਪਿਤ ਕਰਨ ਦਾ ਐਲਾਨ ਜਿਹੜਾ ਜੀ ਕੀਤਾ। ਇਹਨਾਂ ਦੇ ਵਿੱਚ ਇੱਕ ਜਿਹੜੀ ਯੂਨੀਵਰਸਿਟੀ ਆ ਉਹ ਈਰਾਨ ਦੀ ਆ, ਜਦੋਂ ਕਿ 7 ਪੰਜਾਬ ਦੀਆਂ ਤੇ 3 ਭਾਰਤ ਦੇ ਵੱਖੋ ਵੱਖਰੇ ਰਾਜਾਂ ਦੀਆਂ ਨੇ। ਇਹ ਆਖਿਆ ਗਿਆ ਜੀ ਕਿ ਇਹਨਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਫਲਸਫੇ ਦੇ ਬਾਰੇ ਖੋਜ ਕੀਤੀ ਜਾਊਗੀ। ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਿੱਚ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਹੋਰਾਂ ਨੇ ਦੇਸ਼ ਵਿਦੇਸ਼ ਦੀਆਂ ਕੁਝ 400 ਨਾਨਕ ਨਾਮ ਲਿਵਾ ਪੰਜਾਬੀ ਸ਼ਖਸੀਅਤਾਂ ਦਾ ਵੱਖੋ ਵੱਖਰੇ ਖੇਤਰ ਦੇ ਵਿੱਚ ਯੋਗਦਾਨ ਲਈ ਸਨਮਾਨ ਜਿਹੜਾ ਜੀ ਉਹ ਕੀਤਾ। ਔਰ ਇਸ ਮੌਕੇ ਜਿਹੜਾ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹਿ ਕੇ ਦੇਸ਼ ਤੇ ਸੂਬੇ ਦੀ ਬਿਹਤਰੀ ਦੇ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਜਿਹੜੇ ਉਹ ਮੁਹੱਈਆ ਕਰਾਉਣ ਦੇ ਵਿੱਚ ਯੋਗਦਾਨ ਪਾਉਣਾ ਜਿਹੜਾ ਜੀ ਉਹ ਚਾਹੀਦਾ। ਜਿਹੜੇ ਸਨਮਾਨ ਕੀਤੇ ਗਏ ਉਹਨਾਂ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਰਾਈਟਰ ਅਰੁਣ ਸ਼ੋਰੀ ਤੋਂ ਇਲਾਵਾ ਸਾਬਕਾ ਹਵਾਈ ਫੌਜ ਦੇ ਮੁਖੀ BS ਧਨੋਆ ਵੀ ਸ਼ਾਮਲ ਨੇ, ਔਰ ਰਿਟਾਇਰਡ ਜਨਰਲ JJ ਸਿੰਘ, ਏਅਰ ਮਾਰਸ਼ਲ ਜਗਜੀਤ ਸਿੰਘ, ਬ੍ਰਿਗੇਡੀਅਰ ਰਿਟਾਇਰਡ ਸੁਖਜੀਤ ਸਿੰਘ, ਲੈਫਟੀਨੈਂਟ ਜਨਰਲ ਰਿਟਾਇਰਡ KJ ਸਿੰਘ, ਲੈਫਟੀਨੈਂਟ ਜਨਰਲ ਰਿਟਾਇਰਡ NS ਬਰਾੜ, ਲੈਫਟੀਨੈਂਟ ਜਨਰਲ ਰਿਟਾਇਰਡ MPS ਹੀਰਾ ਤੇ ਕਈ ਹੋਰ ਫੌਜੀ ਅਧਿਕਾਰੀ ਜਿਹੜੇ ਸੀ ਉਹ ਇਹਦੇ ਵਿੱਚ ਸ਼ਾਮਲ ਸੀਗੇ। ਉਹਨਾਂ ਤੋਂ ਇਲਾਵਾ ਗਿਆਨੀ ਰਣਜੀਤ ਸਿੰਘ ਗੌਹਰ, ਬਾਬਾ ਇਕਬਾਲ ਸਿੰਘ, ਬਾਬਾ ਸੇਵਾ ਸਿੰਘ ਜਿਹੜੇ ਖਡੂਰ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ ਜਿਹੜੇ ਸਪੀਚੇ ਬੁੱਢਾ ਦਲ ਤੋਂ ਨੇ, ਔਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਇਹਨਾਂ ਨੂੰ ਜਿਹੜਾ ਸੀਗਾ ਜੀ ਉਹ ਸਨਮਾਨਿਤ ਜਿਹੜਾ ਸੀ ਉਹ ਕੀਤਾ ਗਿਆ। ਔਰ ਕਈ ਜਿਹੜੇ ਕਲਾ ਦੇ ਖੇਤਰ ਤੇ ਉਹ ਵੀ ਲੋਕ ਸੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਜੀ, ਜਿਹਦੇ ਸੁਰਜੀਤ ਪਾਤਰ, ਹੰਸਰਾਜ ਹੰਸ, ਪੂਰਨ ਚੰਦ ਵਡਾਲੀ, ਮਲਕੀਤ ਸਿੰਘ, ਦਲੀਪ ਕੌਰ ਟਵਾਣਾ, ਗੁਰਮੀਤ ਬਾਵਾ, ਭਾਈ ਬਲਦੀਪ ਸਿੰਘ ਹੁਰੀ, ਬੀਨੂ ਢਿੱਲੋਂ, ਜਸਵਿੰਦਰ ਭੱਲਾ, ਜਿਹੜੇ ਰਿਸ਼ੀ ਨੇ ਜੀ ਉਹ, ਸਰਦੂਲ ਸਿਕੰਦਰ, ਪੂਰਨ ਸ਼ਾਹ ਕੋਟੀ, ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ ਜਿਹਨਾਂ ਨੂੰ ਇੱਥੇ ਸਰਕਾਰ ਦੇ ਵੱਲੋਂ ਸਨਮਾਨਿਤ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀਆਂ ਬਾਕੀ ਕੁਛ ਗੱਲਾਂ ਨੇ ਉਹ ਵੀ ਜਿਹੜੀਆਂ ਸਾਂਝੀਆਂ ਕਰ ਲਈਏ ਕਿ ਕੁਛ ਇਹਦੇ ਆਲੇ ਦੁਆਲੇ ਜਿਹੜਾ ਜੀ ਚੱਲ ਰਿਹਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਆਲੇ ਦੁਆਲੇ। ਸੁਲਤਾਨਪੁਰ ਲੋਧੀ ਦੇ ਵਿੱਚ ਇਸ ਵੇਲੇ ਸੰਗਤ ਦਾ ਜਿਹੜਾ ਜੀ ਉਹ ਹੜ੍ਹ ਆਇਆ ਹੋਇਆ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਜੀ ਉਹ ਪਹੁੰਚ ਰਹੀ ਆ। ਜਿਹੜੇ ਅਗਲੇ ਪਿਛਲੇ ਰਿਕਾਰਡ ਟੁੱਟ ਗਏ ਨੇ ਸਾਰੇ ਜਿਹੜਾ ਜੀ ਦੇਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਕੁਛ 4-4 ਘੰਟੇ ਜਿਹੜਾ ਇੰਤਜ਼ਾਰ ਉਹ ਲੋਕਾਂ ਨੂੰ ਕਰਨਾ ਪਿਆ। ਪਰ ਇਹਦਾ ਇੱਕ ਦੂਸਰਾ ਪੁਆਇੰਟ ਦੇਖੋ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ 10 ਕਰੋੜ ਰੁਪਈਆ ਲਾ ਕੇ ਪੰਡਾਲ ਬਣਾਇਆ ਗਿਆ ਤੇ ਪੰਜਾਬ ਸਰਕਾਰ ਨੇ ਇਦੋਂ ਜ਼ਿਆਦਾ ਪੈਸੇ ਜਿਹੜੇ ਲਾਏ। ਇਹ ਦੋਨੋਂ ਪੰਡਾਲ ਬੇਰੌਣ ਕੇ ਰਹੇ। ਅਕਾਲੀਆਂ ਤੇ ਕਾਂਗਰਸੀਆਂ ਨੇ ਥਾਂ ਥਾਂ ਬੋਰਡ ਲਾ ਕੇ ਆਪੋ ਆਪਣੇ ਪੰਡਾਲਾਂ ਨੂੰ ਮੁੱਖ ਪੰਡਾਲ ਜਿਹੜਾ ਜੀ ਦੱਸਿਆ, ਪਰ ਇਹ ਦੋਵੇਂ ਪੰਡਾਲਾਂ ਦੇ ਵਿੱਚ ਲੋਕ ਉਸ ਤਰ੍ਹਾਂ ਨਹੀਂ ਆਏ ਜਿਵੇਂ ਉਹ ਬੇਰ ਸਾਹਿਬ ਜਿਹੜਾ ਜੀ ਉਹ ਜਾ ਰਹੇ ਨੇ। ਦੋਵਾਂ ਤਰ੍ਹਾਂ ਦੇ ਪੰਡਾਲ ਦੇ ਵੱਡੇ ਹਿੱਸੇ ਜਿਹੜੇ ਸੀ ਉਹ ਖਾਲੀ ਰਹੇ। ਪੰਜਾਬ ਸਰਕਾਰ ਦੇ ਪੰਡਾਲ ਦੇ ਵਿੱਚ ਲੋਕ ਜ਼ਿਆਦਾ ਜ਼ਰੂਰ ਰਹੇ ਅਕਾਲੀਆਂ ਨਾਲੋਂ ਵੱਧ, ਪਰ ਉੱਥੇ ਬੈਠਣ ਦੀ ਥਾਂ ਮੱਥਾ ਟੇਕ ਕੇ ਵਾਪਸ ਜਿਹੜਾ ਜੀ ਉਹ ਜਾਂਦੇ ਰਹੇ।
ਸ਼੍ਰੋਮਣੀ ਕਮੇਟੀ ਦੇ ਪੰਡਾਲ ਦੇ ਵਿੱਚ ਤਿੰਨ ਰਸਤਿਆਂ 'ਚੋਂ ਦੋ ਨੂੰ ਮੋਟੇ ਸ਼ੀਸ਼ੇ ਲਾ ਦਿੱਤੇ ਗਏ ਤਾਂ ਕਿ ਏਅਰ ਕੰਡੀਸ਼ਨ ਦੀ ਹਵਾ ਜਿਹੜੀ ਉਹ ਬਾਹਰ ਨਾ ਜਾਵੇ। ਇਹਦੇ ਨੇੜੇ ਮੀਡੀਆ ਦੇ ਵਾਸਤੇ ਪੰਡਾਲ ਬਣਾਇਆ ਗਿਆ, ਉੱਥੇ ਵੀ ਏਅਰ ਕੰਡੀਸ਼ਨ ਜਿਹੜੇ ਦੀ ਉਹ ਚੱਲ ਰਹੇ ਸੀਗੇ। ਸੰਗਤ ਇਹ ਕਹਿੰਦੀ ਹੈ ਕਿ ਜਦੋਂ ਦਿਨੋਂ ਦਿਨ ਠੰਡ ਵੱਧ ਰਹੀ ਹੈ ਤਾਂ ਅਕਾਲੀਆਂ ਨੂੰ ਏਅਰ ਕੰਡੀਸ਼ਨ ਵਾਲਾ ਪੰਡਾਲ ਬਣਾਉਣ ਦੀ ਕੀ ਲੋੜ ਸੀਗੀ, ਔਰ ਇਸ ਪੰਡਾਲ ਦੇ ਵਿੱਚ ਸਟੇਜ ਦੀਆਂ ਲਾਈਟਾਂ ਦਿਖਾਉਣ ਤੇ ਬਾਕੀ ਪੰਡਾਲ ਦੇ ਵਿੱਚ ਹਨੇਰਾ ਜਿਹੜਾ ਜੀ ਉਹ ਰੱਖਿਆ ਹੋਇਆ। ਹਾਲਾਂਕਿ ਦੋਵਾਂ ਪੰਡਾਲਾਂ ਦੇ ਵਿੱਚ ਕੀਰਤਨ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਐਤਵਾਰ ਦੇ ਦਿਨ ਜਿਹੜਾ ਸੀਗਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੀ ਸੀ ਉਹ ਦੂਰ ਦੁਰੇਡੇ ਤੋਂ ਪਹੁੰਚੇ। ਬੇਰ ਸਾਹਿਬ, ਹੱਥ ਸਾਹਿਬ, ਇੱਥੇ ਕੁਛ ਜਿਹੜਾ ਜੀ ਉਹ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਡੀ ਕੁ ਲੰਬੀ ਲਾਈਨ ਜਿਹੜੀ ਆ ਉਹ ਲੱਗੀ ਹੋਈ ਹੈ। ਜਿਹੜੇ ਇਹ ਦੋਵੇਂ ਗੁਰਦੁਆਰੇ ਨੇ ਉਹਨਾਂ ਦੇ ਵਿਚਾਲੇ ਆਉਂਦਾ ਗੁਰੂ ਨਾਨਕ ਸਟੇਡੀਅਮ, ਜਿੱਥੇ ਅਕਾਲੀ ਦਲ ਨੇ ਐਕਚੁਲੀ ਸ਼੍ਰੋਮਣੀ ਕਮੇਟੀ ਨੇ ਲਾਈ ਹੋਈ ਆ ਇਹ ਸਟੇਜ, ਪਰ ਇਹ ਅਕਾਲੀ ਦਲ ਬਾਦਲ ਦੀ ਹੋਈ ਸਟੇਜ ਜਿਹੜੀ ਹੈਗੀ ਆ। ਇੱਥੇ ਇਹਨਾਂ ਨੇ ਪੰਡਾਲ ਜਿਹੜਾ ਦੀ ਉਹ ਲਾਇਆ, ਉੱਥੇ ਵੀ ਸੰਗਤ ਜਿਹੜੀ ਦੀ ਉਹ ਪੰਡਾਲ ਦੇ ਵਿੱਚ ਉਹਦੀ ਘਾਟ ਬਿਲਕੁਲ ਰੜਕ ਰਹੀ ਸੀਗੀ ਜੀ ਜਿਹੜੀ। ਔਰ ਕੀ ਕਾਰਨ ਹੈ ਜੀ ਲੋਕਾਂ ਦਾ, ਲੋਕ ਜਿਹੜੇ ਸ਼ਾਇਦ ਸਿਆਸੀ ਲੋਕਾਂ ਤੋਂ ਔਖੇ ਨੇ ਕਿਤੇ ਨਾ ਕਿਤੇ, ਉਹ ਇਸ ਕਰਕੇ ਜਾ ਨਹੀਂ ਰਹੇ ਅਜੇ। ਵੈਸੇ ਜਿਹੜਾ ਗੁਰਪੁਰਬ ਹੈ ਜੀ ਦੇਖਦੇ ਹਾਂ ਉਸ ਦਿਨ ਕਿਸ ਪਾਸੇ ਵੱਲ ਨੂੰ ਇਹ ਕਹਾਣੀ ਜਾਂਦੀ ਹੈ, ਪਰ ਇੰਨੇ ਕਰੋੜ 10 ਕਰੋੜ ਲਾ ਕੇ ਪੰਡਾਲ ਬਣਾਇਆ। ਲੋਕ ਉੱਥੇ ਇਹ ਵੀ ਕਹਿੰਦੇ ਰਹੇ ਵੀ ਇਹ ਤਾਂ ਜਿਵੇਂ ਕੋਲਡ ਸਟੋਰੇਜ ਹੁੰਦਾ ਉਸ ਕਿਸਮ ਦਾ ਬਣਾ ਲਿਆ, ਆਲੂ ਰੱਖਣ ਵਾਲੇ ਜਿਹੜੇ ਗੋਦਾਮ ਨੇ ਉਹਨੂੰ ਚੁਫੇਰੇ ਤੋਂ ਬੰਦ ਕਰਕੇ, ਔਰ ਉਹਦੇ ਉੱਤੇ ਤੰਦ ਜਿਹੜੇ ਸੀ ਉਹ ਲੋਕ ਕੱਸਦੇ ਰਹੇ। ਪਰ ਪੈਦਲ ਲੋਕਾਂ ਦਾ ਜਾਮ ਜਿਹੜਾ ਜੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਜਿਹੜਾ ਸੀ ਉਹ ਰਿਹਾ ਪੂਰਾ ਐਤਵਾਰ ਦਾ ਦਿਨ ਜਿਹੜਾ ਜੀ। ਥਾਂ ਥਾਂ ਦੇ ਉੱਤੇ ਲੰਗਰ ਦੇ ਇੰਤਜ਼ਾਮ ਵੀ ਜਿਹੜੇ ਜੀ ਉਹ ਕੀਤੇ ਹੋਏ ਨੇ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੀ ਲੰਗਰ ਦਾ ਇੰਤਜ਼ਾਮ ਕੀਤਾ, ਕੁਛ ਕਾਰ ਸੇਵਾ ਵਾਲੇ ਜਿਹੜੇ ਜੀ ਉਹਨਾਂ ਨੇ ਵੀ ਲੰਗਰ ਦੇ ਇੰਤਜ਼ਾਮ ਜਿਹੜੇ ਉਹ ਸੁਲਤਾਨਪੁਰ ਦੇ ਆਲੇ ਦੁਆਲੇ ਕੀਤੇ ਹੋਏ ਨੇ। ਜਿਹੜਾ ਟ੍ਰੈਫਿਕ ਆ ਉਹ ਜਾਮ ਨਾ ਹੋਵੇ ਉਹਦੇ ਕਰਕੇ ਜਿਹੜੇ ਪੁਲਿਸ ਦੇ ਇੰਤਜ਼ਾਮ ਨੇ ਉਹ ਬਿਹਤਰ ਕਹੇ ਜਾ ਸਕਦੇ ਆ ਜੀ। ਜਾਮ ਜਿਹੜਾ ਜੀ ਉਹ ਕਿਉਂਕਿ ਵਹੀਕਲ ਅੰਦਰ ਨਹੀਂ ਜਾਣ ਦਿੱਤੇ ਜਾ ਰਹੇ ਸ਼ਹਿਰ ਦੇ, ਸਿਰਫ ਜਿਹੜੇ ਸਰਵਿਸ ਵਹੀਕਲ ਨੇ ਉਹੀ ਸ਼ਹਿਰ ਦੇ ਅੰਦਰ ਜਿਹੜਾ ਉਹ ਜਾ ਰਹੇ ਆ। ਔਰ ਜਿਹੜਾ ਪੁਲਿਸ ਵਾਲਿਆਂ ਦਾ ਵਤੀਰਾ ਹੈ ਲੋਕਾਂ ਦੇ ਨਾਲ ਉਹ ਬੜਾ ਦੋਸਤਾਨਾ ਜਿਹੜਾ ਜੀ ਉੱਥੇ ਲੱਗ ਰਿਹਾ ਸੀਗਾ। ਮੈਂ ਖੁਦ ਜਿਹੜਾ ਉਹ ਸ਼ਾਮਿਲ ਸੀਗਾ ਕਿ ਉਹ ਜਿਵੇਂ ਜਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਦੱਸ ਰਹੇ ਨੇ ਕਿ ਉਹਨਾਂ ਨੇ ਕਿਸ ਪਾਸੇ ਜਾਣਾ, ਇੱਥੇ ਪਾਰਕਿੰਗ ਦੇ ਵਿੱਚ ਜਿਹੜੀ ਜੀ ਉਹ ਪਾਰਕਿੰਗ ਲਾਉਣੀ ਆ, ਪਾਰਕਿੰਗ ਤੋਂ ਬੱਸਾਂ ਜਿਹੜੀਆਂ ਜੀ ਉਹ ਲੋਕਾਂ ਨੂੰ ਫਿਰ ਇੱਥੇ ਲਿਆ ਰਹੀਆਂ ਨੇ ਸ਼ਹਿਰ ਦੇ ਨੇੜੇ, ਉੱਥੋਂ ਅੱਗੋਂ ਕੁਛ ਜਿਹੜਾ ਜਗ੍ਹਾ ਹੈ ਉਹ ਪੈਦਲ ਚੱਲ ਕੇ ਜਾਣਾ ਜਿਹੜਾ ਜੀ ਉਹ ਪੈ ਰਿਹਾ ਲੋਕਾਂ ਨੂੰ। ਔਰ ਸੜਕਾਂ ਜਿਹੜੀਆਂ ਜੀ ਉਹਦੇ ਉੱਤੇ ਪੈਦਲ ਚੱਲਣ ਵਾਲੇ ਲੋਕਾਂ ਦਾ ਹੜ ਜਿਹੜਾ ਜੀ ਉਹ ਆਇਆ ਹੋਇਆ ਇੱਕ ਕਿਸਮ ਦੇ ਨਾਲ। ਲੋਕ ਜਿਹੜੇ ਨੇ ਉਹ ਵੇਈ ਨਦੀ ਦੇ ਉੱਤੇ ਤਾਂ ਜਾ ਹੀ ਰਹੇ ਨੇ, ਜਿਹੜੀਆਂ ਟੈਂਟ ਸਿਟੀ ਨੇ ਉਹਨੂੰ ਦੂਰੋਂ ਵੇਖਣ ਵਾਲੇ ਵੀ ਬਹੁਤ ਨੇ ਜੀ ਕਿ ਟੈਂਟ ਸਿਟੀ ਕਿਹੋ ਜੀ ਜਿਹੜੀ ਉਹ ਹੁੰਦੀ ਹੈ। 10 ਕਰੋੜ ਰੁਪਈਆ ਪੰਡਾਲ ਦੇ ਉੱਤੇ ਤਾਂ ਲੱਗਿਆ, ਪਰ ਇੱਕ ਅਹਿਮ ਜਿਹੜੀ ਗੱਲ ਇਹ ਆ ਕਿ ਬੇਬੇ ਨਾਨਕੀ ਦਾ ਘਰ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਸਿੱਖਾਂ ਮਹੱਲੇ ਦੇ ਵਿੱਚ ਸੀਗਾ, ਇਹ ਪੁਰਾਤਨ ਜਿਹੜਾ ਘਰ ਸੀਗਾ ਉਹਨੂੰ ਸੰਭਾਲਿਆ ਨਾ ਜਾ ਸਕਿਆ ਜੀ। ਇਹ ਬਹੁਤ ਜਿਹੜੀ ਦਰਦ ਲੋਕਾਂ ਦੇ ਮਨਾਂ ਦੇ ਅੰਦਰ, ਚੀਸ ਜਿਹੜੀ ਆ ਜੀ ਉਹ ਲੋਕਾਂ ਦੇ ਮਨਾਂ ਦੇ ਅੰਦਰ ਹੈ ਕਿ ਇਹਨੂੰ ਘਰ ਨੂੰ ਕਿਉਂ ਨੀ ਪੁਰਾਣੇ ਨੂੰ ਸੰਭਾਲਿਆ ਗਿਆ ਜੀ। ਸੁਲਤਾਨਪੁਰ ਲੋਧੀ ਜਿਹੜਾ ਕਹਿ ਸੋਲੇ ਬਾਬੇ ਨਾਨਕ ਦੇ ਰੰਗ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਹੋਇਆ, ਬੇਬੇ ਨਾਨਕੀ ਦੇ ਘਰ ਨੂੰ ਵੇਖਣ ਦੇ ਵਾਸਤੇ ਵੀ ਲੋਕ ਜਾ ਰਹੇ ਆ। ਪਰ ਜਿਵੇਂ ਸਾਦਗੀ ਦੀ ਮੂਰਤ ਬੇਬੇ ਨਾਨਕੀ ਜਿਹੜੀ ਦੀ ਉਹ ਕਹੇ ਜਾਂਦੇ ਨੇ, ਉਹਨਾਂ ਦਾ ਘਰ ਜਿਹੜਾ ਉਹ ਕਿਲਾ ਨੁਮਾ ਜਿਹੜਾ ਬਣਾ ਕੇ ਲੋਕ ਉਹਨੂੰ ਦੇਖ ਕੇ ਉਹ ਨਿਰਾਸ਼ ਇੱਕ ਕਿਸਮ ਦੇ ਨਾਲ ਪਰਤਾਉਂਦੇ ਆ ਕਿ ਸਾਦਾ ਜੀਵਨ ਜੀਣ ਵਾਲੇ ਬੇਬੇ ਨਾਨਕੀ ਹੁਰੀ ਇਹੋ ਜਿਹੇ ਆਲੀਸ਼ਾਨ ਘਰ ਦੇ ਵਿੱਚ ਰਹਿੰਦੇ ਸਨ, ਜਦੋਂ ਕਿ ਉਹਨਾਂ ਦਾ ਜਿਹੜਾ ਪੁਰਾਤਨ ਘਰ ਸੀਗਾ ਹੁਣ ਤੋਂ ਕੁਛ ਸਾਲ ਪਹਿਲਾਂ ਤੱਕ ਜਿਹੜਾ ਇਹ ਘਰ ਦਾ ਕਾਫੀ ਸਾਰਾ ਢਾਂਚਾ ਖੜਾ ਸੀਗਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਇਕੀ ਨੇ ਇਹਨੂੰ ਜਿਹੜਾ ਸੀਗਾ ਉਹ ਢਾਂਚੇ ਨੂੰ ਡੇਗ ਦਿੱਤਾ ਜਿਹੜਾ ਜੀ। ਔਰ ਇੱਥੇ ਕਿਸੇ ਵੀ ਧਿਰ ਨੇ ਬੇਬੇ ਨਾਨਕੀ ਦੇ ਢਾਹੇ ਗਏ ਵਿਰਾਸਤੀ ਘਰ ਦੇ ਬਾਰੇ ਦੇ ਵਿੱਚ ਕੋਈ ਸ਼ਬਦ ਜਿਹੜਾ ਜੀ ਉਹ ਨਹੀਂ ਬੋਲਿਆ, ਨਾ ਹੀ ਇਹ ਪਛਤਾਵਾ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਬੇਬੇ ਨਾਨਕੀ ਦੇ ਢਾਏ ਗਏ ਘਰ ਦੇ ਬਾਰੇ ਦੇ ਵਿੱਚ ਕੀ ਜਵਾਬ ਦੇਣਗੇ। ਜਦੋਂ ਸਰਕਾਰ ਨੇ 5 ਨਵੰਬਰ ਨੂੰ ਜਿਹੜਾ ਸੀਗਾ ਜੀ ਇਹ ਪੁਰਬ ਮਨਾਉਣ ਦੇ ਵਾਸਤੇ ਮੁੱਖ ਪੰਡਾਲ ਦੇ ਵਿੱਚ ਸਰਕਾਰ ਨੇ ਸਹਿਜ ਪਾਠ ਆਰੰਭ ਕਰਾ ਦਿੱਤਾ, ਤਾਂ ਇਹਦੇ ਨਾਲ ਗੁਰੂ ਨਾਨਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਵੀ ਜਿਹੜਾ ਮੁੱਖ ਮੰਤਰੀ ਹੋਰਾਂ ਨੇ ਕੀਤਾ। ਇਹਦੇ ਵਿੱਚ ਬੇਬੇ ਨਾਨਕੀ ਦੇ ਘਰ ਦੀਆਂ ਇੱਟਾਂ ਦੇ ਕੁਛ ਬਚੇ ਹੋਏ ਟੁਕੜੇ ਰੱਖੇ ਸੀਗੇ, ਨਾਲ ਹੀ ਇਹ ਲਿਖਿਆ ਸੀਗਾ ਕਿ ਇਹ ਤਾਂ ਬੇਬੇ ਨਾਨਕੀ ਦੇ ਘਰ ਦੀਆਂ ਨੇ ਜਿਹੜਾ 2003 ਤੱਕ ਮੌਜੂਦ ਸੀ।
ਔਰ ਬੇਬੇ ਨਾਨਕੀ ਦੇ ਘਰ ਦੇ ਦੋ ਖੂਹੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਖੂਹੀ ਤਾਂ ਨਵੇਂ ਬਣੇ ਘਰ ਦੇ ਅੰਦਰ ਕਰ ਦਿੱਤੀ ਗਈ, ਦੂਜੀ ਖੂਹੀ ਦਾ ਨਾਮੋ ਨਿਸ਼ਾਨ ਜਿਹੜਾ ਦੀ ਉਹ ਮਿਟਾ ਦਿੱਤਾ ਗਿਆ। 1969 ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪੁਰਬ ਮਨਾਇਆ ਸੀਗਾ, ਉਦੋਂ ਭਾਸ਼ਾ ਵਿਭਾਗ ਦੇ ਵੱਲੋਂ ਸੁਲਤਾਨਪੁਰ ਲੋਧੀ ਬਾਰੇ ਜਾਣਕਾਰੀ ਛਾਪੀ ਗਈ ਸੀ ਤੇ ਬੇਬੇ ਨਾਨਕੀ ਦੇ ਘਰ ਦੀ ਤਸਵੀਰ ਵੀ ਜਿਹੜੀ ਉਹ ਛਪੀ ਸੀ। ਔਰ ਇਹ ਘਰ 3 ਮੰਜ਼ਿਲਾ ਸੀਗਾ, ਜਿਹਦੇ ਉੱਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਕਬਜ਼ਾ ਕਰਨ ਵਾਲਿਆਂ ਦੇ ਵਿੱਚ ਇੱਕ ਨਿਹੰਗ ਸਿੰਘ ਵੀ ਸ਼ਾਮਿਲ ਸੀ, ਜਿਹਨੂੰ ਪੈਸੇ ਦੇ ਕੇ ਘਰ ਖਾਲੀ ਕਰਵਾਇਆ ਗਿਆ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖੀ ਵਿਰਾਸਤ ਦੇ ਇਸ ਪਹਿਲੇ ਘਰ ਨੂੰ ਸੰਭਾਲਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਇਸ ਇਤਿਹਾਸਕ ਘਰ ਨੂੰ ਢਾ ਕੇ ਨਵਾਂ ਬਣਾਉਣ ਦੀ ਕਾਰ ਸੇਵਾ ਉਹੀ ਬਾਬਾ ਜਗਤਾਰ ਸਿੰਘ ਹੋਰਾਂ ਨੇ ਕੀਤੀ, ਜਿਹਨਾਂ ਨੇ ਪਿੱਛੇ ਜੇ ਤਰਨ ਤਾਰਨ ਦੀ ਦਿਓੜੀ ਦੇ ਉੱਤੇ ਵੀ ਬਲਡੋਜ਼ਰ ਜਿਹੜਾ ਜੀ ਉਹ ਚਲਾ ਦਿੱਤਾ ਸੀਗਾ। ਬੇਬੇ ਨਾਨਕੀ ਦੇ ਘਰ ਦੀ ਰਜਿਸਟਰੀ ਜਿਹੜੀ ਹੈ ਜੀ ਉਹ ਸਿੱਖ ਕੌਮ ਦੇ ਨਾਂ ਨਹੀਂ ਹੈ, ਸਗੋਂ ਕਾਰ ਸੇਵਾ ਕਰਨ ਵਾਲਿਆਂ ਦੇ ਨਾਂ ਦੇ ਉੱਤੇ ਕੀਤੀ ਗਈ ਆ। ਔਰ ਇਸ ਘਰ ਦੀ ਸੇਵਾ ਸੰਭਾਲ ਵੀ ਉਹੀ ਜਿਹੜਾ ਜੀ ਉਹ ਕਰ ਰਹੇ ਨੇ। ਇੱਕ ਇੰਨੀ ਅਹਿਮ ਜਿਹੜੀ ਇਹ ਵਿਰਾਸਤੀ ਇਮਾਰਤ ਸੀਗੀ ਉਹਦਾ ਕੀ ਹਸ਼ਰ ਜਿਹੜਾ ਵੀ ਉਹ ਕਰਤਾ, ਇਹ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਰੋਸ ਇੱਕ ਜ਼ਰੂਰ ਹੈਗਾ, ਪਰ ਰੋਹ ਦੇ ਨਾਲ ਭਰੇ ਹੋਏ ਲੋਕ ਜਿਹੜਾ ਵੀ ਉਹ ਕਹਿੰਦੇ ਕੁਛ ਨੀ, ਚੁੱਪ ਨੇ ਜਿਹੜਾ ਵੀ ਇਸ ਮਾਮਲੇ ਦੇ ਉੱਤੇ। ਬਹੁਤੇ ਲੋਕ ਜਿਹੜੇ ਵੀ ਇਸ ਘਰ ਦੇ ਬਾਹਰੋਂ ਪਰਤਦੇ ਹੋਏ ਵੀ ਦੇਖੇ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ, ਜਿਹੜੇ ਬੇਬੇ ਨਾਨਕੀ ਦੇ ਘਰ ਦੇ ਸਾਈਨ ਤਾਂ ਲੱਗੇ ਹੋਏ ਕਿ ਬੇਬੇ ਨਾਨਕੀ ਦਾ ਘਰ ਇੱਧਰ ਹੈ, ਤੇ ਉੱਥੇ ਜਦੋਂ ਜਾਂਦੇ ਆ ਤੇ ਇਹ ਕਿਲਾ ਨੁਮਾ ਜਿਹੜੀ ਆਲੀਸ਼ਾਨ ਇਮਾਰਤ ਹੈ ਉਹ ਵੇਖ ਕੇ ਉਹਨਾਂ ਨੂੰ ਇਹ ਤਾਂ ਕਿਤੇ ਨਾ ਕਿਤੇ ਜਿਹੜਾ ਦੀ ਉਹ ਲੱਗਦਾ ਕਿ ਨਹੀਂ, ਇਹ ਉਹ ਬੇਬੇ ਨਾਨਕੀ ਦਾ ਘਰ ਨਹੀਂ ਹੋ ਸਕਦਾ। ਗੱਲ ਜਿਹੜੀ ਚੱਲ ਰਹੀ ਹੈ ਇੱਥੇ ਜਿਹੜੀ 550 ਸਾਲਾਂ ਦੀ, ਤੇ ਅੰਮ੍ਰਿਤਸਰ ਨਨਕਾਣਾ ਸਾਹਿਬ ਬੱਸ ਜਿਹੜੀ ਹੈ ਜੀ ਉਹ ਸ਼ੁਰੂ ਕਰਨ ਦੀ ਮੰਗ ਇੱਕ ਵਾਰੀ ਫੇਰ ਜਿਹੜੀ ਜੀ ਉੱਠੀ। ਮੈਂ ਪਹਿਲੇ ਇੱਕ ਦਿਨ ਕਵਰ ਕੀਤਾ ਸੀਗਾ ਕਿ ਇਹਦੇ ਕੋਈ ਗੱਲਬਾਤ ਇਹਦੀ ਜਿਹੜੀ ਦੀ ਉਹ ਨਹੀਂ ਕਰ ਰਿਹਾ। ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਬੱਸ ਟਰਮੀਨਲ ਦੇ ਉੱਤੇ ਪੰਜਾਬ ਐਕਸਪ੍ਰੈਸ ਬੱਸ ਜਿਹੜੀ ਹੈ ਜੀ ਉਹ ਖੜੀ ਆ। ਅੰਮ੍ਰਿਤਸਰ ਲਾਹੌਰ ਤੇ ਅੰਮ੍ਰਿਤਸਰ ਨਨਕਾਣਾ ਸਾਹਿਬ ਦੇ ਵਿਚਾਲੇ ਇਹ ਪੰਜਾਬ ਬੱਸ ਸੇਵਾ 2006 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਔਰ ਹਫ਼ਤੇ ਦੇ ਵਿੱਚ 2 ਦਿਨ ਅੰਮ੍ਰਿਤਸਰ ਤੋਂ ਤੇ 2 ਦਿਨ ਲਾਹੌਰ ਤੋਂ ਬੱਸ ਇੱਕ ਦੂਜੇ ਦੇ ਮੁਲਕ ਦੇ ਵਿੱਚ ਆਉਂਦੀ ਜਾਂਦੀ ਸੀਗੀ। ਇਸ ਦੇ ਵਾਸਤੇ ਪੁਲਿਸ ਜਾਂਚ ਸਰਟੀਫਿਕੇਟ ਦੀ ਸ਼ਰਤ ਲਾਜ਼ਮੀ ਕੀਤੀ ਗਈ ਸੀ, ਜਿਹਦੇ ਕਰਕੇ ਬੱਸ ਨੂੰ ਵੱਡਾ ਹੁੰਗਾਰਾ ਨਹੀਂ ਮਿਲਿਆ। ਹੁਣ ਦੁਬਾਰਾ ਫਿਰ ਗੱਲ ਜਿਹੜੀ ਇਹਦੀ ਉੱਠੀ ਹੈ ਕਿ ਇਸ ਬੱਸ ਨੂੰ ਫਿਰ ਤੋਂ ਜਿਹੜਾ ਦੀ ਉਹ ਚਲਾਇਆ ਜਾਵੇ। ਹੁਣ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਤੇ ਇਸ ਕਰਕੇ ਥੋੜ੍ਹਾ ਇਹ ਜ਼ਰੂਰ ਜਿਹੜਾ ਦੀ ਬਣਿਆ ਸਬੱਬ ਕਿ ਸ਼ਾਇਦ ਇਹਦੇ ਨਾਲ ਦੁਬਾਰਾ ਜਿਹੜੀ ਦੀ ਇਹ ਚੱਲ ਪਵੇ। ਜੇ ਇਹਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਹੋਰੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਛਾਏ ਹੋਏ ਨੇ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਾ ਕੇ ਬੋਲਣ ਕਰਕੇ, ਕਈ ਮਹੀਨਿਆਂ ਤੋਂ ਬਾਅਦ ਉਹ ਬੋਲੇ ਨੇ, ਭਾਰਤ ਵਾਲੀ ਸਾਈਡ ਦੇ ਉੱਤੇ ਤਾਂ ਨਹੀਂ ਬੋਲੇ, ਪਾਕਿਸਤਾਨ ਦੇ ਵਿੱਚ ਜਿਹੜਾ ਜੀ ਉਹ ਬੋਲੇ। ਉਹਨਾਂ ਦੇ ਬੋਲਣ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਬਹੁਤ ਔਖੀ ਆ ਕਿ ਉਹਨਾਂ ਨੇ ਉੱਥੇ ਇਮਰਾਨ ਖਾਨ ਦੀ ਜਿਹੜੇ ਸਿਫਤਾਂ ਦੇ ਪੁਲ ਕਿਉਂ ਬੰਨੇ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਜਿਹੜੀ ਜੀ ਸ਼ਬਦੀ ਚਾਂਦਮਾਰੀ ਜਿਹੜੀ ਆ ਉਹ ਕੀਤੀ ਆ, ਔਰ ਇਹ ਕਿਹਾ ਕਿ ਉਹਨੇ ਪਾਕਿਸਤਾਨੀ ਲੀਡਰਸ਼ਿਪ ਨੂੰ ਭਾਰਤ ਦੇ ਨਾਲੋਂ ਉੱਚ ਦਰਜੇ ਦੀ ਕਿਉਂ ਵਿਖਾਉਣ ਦੀ ਕੋਸ਼ਿਸ਼ ਜਿਹੜੀ ਜੀ ਕੀਤੀ। ਭਾਜਪਾ ਦੇ ਬੁਲਾਰੇ ਨੇ ਇਮਰਾਨ ਖਾਨ ਦੀ ਪ੍ਰਸ਼ੰਸਾ ਕੀਤੇ ਜਾਣ ਤੇ ਉਹਨੂੰ ਦਿਲਾਂ ਦਾ ਰਾਜਾ ਆਖੇ ਜਾਣ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਕਿ ਸਿਕੰਦਰ ਨੇ ਡਰ ਦੇ ਨਾਲ ਦੁਨੀਆਂ ਨੂੰ ਜਿੱਤਿਆ, ਤੁਸੀਂ ਪੂਰੀ ਦੁਨੀਆਂ ਦਾ ਜਿਹੜਾ ਜੀ ਉਹ ਦਿਲ ਜਿੱਤ ਲਿਆ। ਜਿਹੜੇ ਭਾਜਪਾ ਦੇ ਬੁਲਾਰੇ ਪਾਤਰਾ ਉਹਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਕਰਕੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਤੇ ਇਮਰਾਨ ਨੂੰ ਭਾਰਤ ਦੇ ਨਾਲੋਂ ਉੱਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਬਿਆਨ ਦੇ ਵਿੱਚ ਅੰਮ੍ਰਿਤ ਪਾਤਰਾ ਨੇ ਇਹ ਵੀ ਗੱਲ ਜਿਹੜੀ ਕਹੀ ਆ ਕਿ ਇੱਥੇ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਆਪ ਨੂੰ 14 ਕਰੋੜ ਸਿੱਖਾਂ ਦਾ ਪ੍ਰਤੀਨਿਧ ਦੱਸਿਆ। ਉਹਨਾਂ ਨੇ ਸਵਾਲ ਇਹ ਕੀਤਾ ਕਿ ਉਹਨੂੰ ਉੱਥੇ ਮੁੱਖ ਮਹਿਮਾਨ ਦੇ ਵਜੋਂ ਸੱਦਿਆ ਗਿਆ ਸੀ, ਭਾਰਤ ਤੋਂ ਜਾਣ ਵਾਲੇ ਅਧਿਕਾਰਿਤ ਜਥੇ ਦਾ ਉਹ ਹਿੱਸਾ ਨਹੀਂ ਸੀ, ਤੇ ਉਹਨੂੰ ਇਹ ਕਿਹਨੇ ਹੱਕ ਦਿੱਤਾ ਕਿ ਉਹ 14 ਕਰੋੜ ਸਿੱਖਾਂ ਨੂੰ ਉੱਥੇ ਜਾ ਕੇ ਰੀਪ੍ਰਜੈਂਟ ਜਿਹੜਾ ਜੀ ਉਹ ਕਰੇ। ਇਹ ਆਉਂਦੇ ਦਿਨਾਂ ਦੇ ਦੌਰਾਨ ਇਹ ਮਾਮਲਾ ਜਾਂ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਹੋਰ ਵੱਧ ਸਕਦੀ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ 10 ਕਰੋੜ ਦਾ ਇੱਕ ਪੰਡਾਲ ਹੈ, 12-14 ਕਰੋੜ ਰੁਪਈਏ ਦਾ ਦੂਜਾ ਪੰਡਾਲ ਹੈ, ਇੰਨੇ ਪੈਸੇ ਲਾ ਕੇ ਜੇ ਉੱਥੇ ਲੋਕ ਨਹੀਂ ਜਾ ਰਹੇ, ਉਹਨਾਂ ਦੀ ਚਰਚਾ ਨਹੀਂ ਹੋ ਰਹੀ,
ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਾਕਿਸਤਾਨ ਜਾ ਕੇ ਜਿਹੜੀ ਵੀ ਉਹ ਚਰਚਾ ਇੰਨੀ ਕੁ ਕਰਾ ਲਈ ਹੈ ਕਿ ਉੱਥੇ ਕੋਈ ਪੈਸਾ ਧੇਲਾ ਵੀ ਜਿਹੜਾ ਜੀ ਉਹਨਾਂ ਦਾ ਨਹੀਂ ਲੱਗਿਆ। ਇੱਥੇ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਤਰਲੋ ਮੱਛੀ ਹੋ ਰਹੀਆਂ ਨੇ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਉਹਨਾਂ ਦਾ ਵੀ ਕੋਈ ਜ਼ਿਕਰ ਜਿਹੜਾ ਜੀ ਉਹ ਹੋਵੇ। ਜੇ ਇੱਥੋਂ ਪਾਸੇ ਚੱਲੀਏ ਤਾਂ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਬਣਾਉਣ ਤੋਂ ਨਾ ਕਰਤੀ ਹੈ। ਸ਼ਿਵ ਸੈਨਾ ਜਿਹੜੀ ਹੈ ਜੀ ਉਹ ਇਸ ਵੇਲੇ ਉਸਲ ਵੱਟੇ ਲੈ ਰਹੀ ਹੈ ਸਰਕਾਰ ਜਿਹੜੀ ਉਹ ਬਣਾਉਣ ਦੇ ਵਾਸਤੇ। ਰਾਜਪਾਲ ਨੇ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਜਿਹੜਾ ਜੀ ਉਹ ਦੇ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਤੋਂ ਨਾ ਕੀਤੇ ਜਾਣ ਤੋਂ ਬਾਅਦ ਰਾਜਪਾਲ ਨੇ ਦੂਜੀ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸ਼ਿਵ ਸੈਨਾ ਨੂੰ ਅੱਜ ਸ਼ਾਮ 7:30 ਵਜੇ ਤੱਕ ਆਪਣੇ ਸਟੈਂਡ ਦੇ ਬਾਰੇ ਰਾਜਪਾਲ ਨੂੰ ਜਾਣਕਾਰੀ ਜਿਹੜੀ ਹੈ ਜੀ ਉਹ ਦੇਣੀ ਹੋਊਗੀ। ਉਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਸ਼ਿਵ ਸੈਨਾ ਦੇ ਵੱਲੋਂ NCP ਤੇ ਕਾਂਗਰਸ ਦੇ ਨਾਲ ਮਿਲ ਕੇ ਸੂਬੇ 'ਚ ਨਵੀਂ ਸਰਕਾਰ ਬਣਾਏ ਜਾਣ ਦੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਵੱਧ ਗਈਆਂ ਨੇ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾ ਕੇ ਰਹਿਣਗੇ। ਉਹਨਾਂ ਨੇ ਸੰਕੇਤ ਇਹ ਵੀ ਦਿੱਤੇ ਕਿ ਵਿਰੋਧੀ ਧਿਰਾਂ ਦੀ ਹਮਾਇਤ ਦੇ ਨਾਲ ਸਰਕਾਰ ਬਣਾਉਣ ਦਾ ਯਤਨ ਕਰ ਰਹੇ ਆ। ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਵਾਲੀਆਂ ਪਾਰਟੀਆਂ ਸ਼ਿਵ ਸੈਨਾ ਤੇ ਭਾਜਪਾ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਟਕਰਾਓ ਚੱਲ ਰਿਹਾ। ਸ਼ਿਵ ਸੈਨਾ ਜਿਹਦੇ ਕੋਲ 56 ਸੀਟਾਂ ਨੇ, ਜੇ ਉਹਨੇ ਆਪਣੀ ਸਰਕਾਰ ਬਣਾਉਣੀ ਹੈ ਤਾਂ ਉਹਨੂੰ ਸ਼ਰਦ ਪਵਾਰ ਹੋਰਾਂ ਦੀ ਪਾਰਟੀ NCP ਜਿਹਦੇ ਕੋਲ 54 ਸੀਟਾਂ ਨੇ ਉਹ, ਤੇ ਕਾਂਗਰਸ ਜਿਹਦੇ ਕੋਲ 44 ਸੀਟਾਂ ਨੇ, ਇਹਦੇ ਤੋਂ ਹਮਾਇਤ ਜਿਹੜੀ ਆ ਜੀ ਉਹ ਲੈਣੀ ਪਊਗੀ। ਇਹ ਕਿਹਾ ਜਾ ਰਿਹਾ ਕਿ NCP ਜਿਹੜੀ ਆ ਉਹ ਹਮਾਇਤ ਕਰੂਗੀ। ਜਿਹੜੇ ਕਾਂਗਰਸੀ ਵਿਧਾਨਕਾਰ ਨੇ ਉਹਨਾਂ ਨੇ ਵੀ ਹਾਈਕਮਾਂਡ ਨੂੰ ਇਹ ਗੱਲ ਆਖੀ ਆ ਕਿ ਜਿਹੜੀ ਮਦਦ ਕਰਨੀ ਚਾਹੀਦੀ ਆ ਸ਼ਿਵ ਸੈਨਾ ਦੀ, ਹਾਲਾਂਕਿ ਉਹਨਾਂ ਨੇ ਫਾਈਨਲ ਜਿਹੜਾ ਜੀ ਉਹ ਛੱਡਿਆ ਜਿਹੜੀ ਹਾਈਕਮਾਂਡ ਦੇ ਉੱਤੇ। ਪਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਸ਼ਾਇਦ ਇਹ ਗੱਠਜੋੜ ਹੋ ਜਾਊਗਾ। ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਦੇ ਵਾਸਤੇ 145 ਵਿਧਾਇਕਾਂ ਦੀ ਲੋੜ ਹੈ। ਭਾਜਪਾ ਨੇ 105 ਸੀਟਾਂ ਜਿਹੜੀਆਂ ਜੀ ਇੱਥੇ ਜਿੱਤੀਆਂ ਸੀਗੀਆਂ। ਦੂਜੇ ਪਾਸੇ ਜਿਹੜਾ ਹੈ ਜੀ NCP ਦੇ ਆਗੂ ਆ ਜਿਹੜੇ ਜੀ ਉਹਨਾਂ ਨੇ ਇਹ ਨਵਾਬ ਮਲਿਕ ਉਹਨਾਂ ਨੇ ਇਹ ਕਿਹਾ ਕਿ ਪਾਰਟੀ ਸ਼ਿਵ ਸੈਨਾ ਨੂੰ ਹਮਾਇਤ ਦੇਣ ਦਾ ਫੈਸਲਾ ਉਸ ਸਮੇਂ ਲਊਗੀ ਜਦੋਂ ਉਹ NDA 'ਚੋਂ ਬਾਹਰ ਆਊਗੀ। ਇਹ ਸ਼ਰਤ ਜਿਹੜੀ ਹੈ ਜੀ NCP ਨੇ ਵੀ ਲਾਈ ਹੈ। ਸੋ ਅੱਜ ਦਾ ਦਿਨ ਸਰਗਰਮੀਆਂ ਜਿਹੜੀਆਂ ਜੀ ਉਹਦਾ ਕੇਂਦਰ ਰਹੂਗਾ ਮਹਾਰਾਸ਼ਟਰ। ਔਰ ਸ਼ਿਵ ਸੈਨਾ ਜੇ ਆਪਣੇ ਜਿਹੜੀ ਜੀ ਇੱਥੇ ਬਣਾਉਂਦੀ ਤੇ ਪਹਿਲੀ ਵਾਰੀ ਇਹ ਸਰਕਾਰ ਜਿਹੜੀ ਜੀ ਮਹਾਰਾਸ਼ਟਰ ਦੇ ਵਿੱਚ ਬਣਾਊਗੀ। ਔਰ ਇਹ ਕਿਹਾ ਜਾ ਰਿਹਾ ਕਿ ਸ਼ਿਵ ਸੈਨਾ ਇਸ ਗੱਲ ਦੇ ਵਾਸਤੇ ਵਿਜੇਦਾ ਕਿ ਉਹਨੇ ਇੱਕ ਵਾਰੀ ਤਾਂ ਆਪਣੀ ਸਰਕਾਰ ਜਿਹੜੀ ਹੈ ਜੀ ਉਹ ਬਣਾਉਣੀ ਹੈ, ਕਿਉਂਕਿ ਜੇ ਸਰਕਾਰ ਉਹ ਬਾਅਦ ਦੇ ਵਿੱਚ ਡਿੱਗਦੀ ਹੈ ਤੇ ਉਹ ਮਹਾਰਾਸ਼ਟਰ ਦੇ ਲੋਕਾਂ ਦੇ ਕੋਲੇ ਮੁੜ ਕੇ ਜਾਊਗੀ ਤੇ ਉਹਨਾਂ ਨੂੰ ਦੇਖੋ ਦੀ ਚੱਲਣ ਨੀ ਜਿਹੜੀ ਉਹ ਦਿੱਤੀ ਗਈ ਸਰਕਾਰ। ਸੋ ਇਹ ਬੜਾ ਇੰਟਰਸਟਿੰਗਲੀ ਰਹੂਗਾ ਕਿ NCP ਤੇ ਕਾਂਗਰਸ ਜਿਹੜੀਆਂ ਜੀ ਉਹ ਕਿਹੜੇ ਤਰੀਕੇ ਦੇ ਨਾਲ ਸਪੋਰਟ ਕਰਕੇ ਸ਼ਿਵ ਸੈਨਾ ਦੀ ਸਰਕਾਰ ਬਣਾਉਣੀ ਹੈ, ਤੇ BJP ਜਿਹਨੇ ਨਿਤਿਨ ਗਡਕਰੀ ਵਰਗੇ ਆਗੂ ਦੀ ਜਿਹੜੀ ਡਿਊਟੀ ਲਾਈ ਹੋਈ RSS ਨੇ ਕਿ ਕਿਸੇ ਤਰੀਕੇ ਨਾਲ ਸਰਕਾਰ ਬਣਾਈ ਜਾਵੇ, ਇਸ ਮਾਮਲੇ ਦੇ ਉੱਤੇ ਲੱਗਦਾ ਕਿ ਉਹ ਵੀ ਫੇਲ ਜਿਹੜਾ ਜੀ ਉਹ ਹੋਏ ਨੇ। ਜਿਹੜਾ ਅਯੁੱਧਿਆ ਦਾ ਫੈਸਲਾ ਜਿਹੜਾ ਜੀ ਆਇਆ ਉਸ ਤੋਂ ਬਾਅਦ ਬਿਆਨਬਾਜ਼ੀ ਜਿਹੜੀ ਜੀ ਉਹ ਜਾਰੀ ਹੈ। ਇੱਕ ਤਾਂ ਅਯੁੱਧਿਆ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਜਿਹੜੇ ਕੁਛ ਆਗੂ ਨੇ ਧਾਰਮਿਕ ਆਗੂ ਉਹਨਾਂ ਦੇ ਵੱਲੋਂ ਸ਼ਾਂਤੀ ਕਾਇਮ ਰੱਖਣ ਦਾ ਅਹਿਦ ਜਿਹੜਾ ਜੀ ਉਹ ਲਿਆ ਗਿਆ। ਜਿਹੜੇ ਜਿਹਨਾਂ ਜੱਜਾਂ ਨੇ ਇਹ ਫੈਸਲਾ ਸੁਣਾਇਆ, 5 ਜੱਜਾਂ ਨੇ, ਉਹਨਾਂ ਦੀ ਜਿਹੜੀ ਸੁਰੱਖਿਆ ਉਹ ਬਹੁਤ ਟਾਈਟ ਇਸ ਵੇਲੇ ਕੀਤੀ ਗਈ ਆ। ਉਹਨਾਂ ਨੂੰ ਐਕਸਟਰਾ ਜਿਹੜੇ ਸੁਰੱਖਿਆ ਵਾਲੇ ਮੁਹੱਈਆ ਕਰਵਾਏ ਗਏ ਨੇ, ਉਹਨਾਂ ਦੇ ਘਰਾਂ ਦੇ ਬਾਹਰ ਬੈਰੀਕੇਡਿੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜਾ ਸਨਿਚਰਵਾਰ ਨੂੰ ਅਯੁੱਧਿਆ ਸੰਬੰਧੀ ਫੈਸਲਾ ਆਇਆ ਸੀ ਉਸ ਤੋਂ ਬਾਅਦ ਤਕਰੀਬਨ 90 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 8,000 ਸੋਸ਼ਲ ਮੀਡੀਆ ਪੋਸਟਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਅਯੁੱਧਿਆ ਦੇ ਵਿੱਚ ਹਾਲਤ ਦੇ ਉੱਤੇ ਨਿਗਾਹ ਜਿਹੜੀ ਜੀ ਉਹ ਨੇੜੇ ਤੋਂ ਰੱਖੀ ਜਾ ਰਹੀ ਹੈ, ਜਦੋਂ ਕਿ ਹਿੰਦੂ ਤੇ ਮੁਸਲਿਮ ਧਾਰਮਿਕ ਆਗੂਆਂ ਨੇ ਜਿਹੜਾ ਜੀ ਇੱਕ ਫਿਰਕੂ ਸਦਭਾਵਨਾ ਦੇ ਤਹਿਤ ਅਪੀਲ ਕੀਤੀ ਹੈ ਕਿ ਲੋਕ ਸ਼ਾਂਤੀ ਬਣਾਏ ਰੱਖਣ। ਉੱਧਰ ਦੂਜੇ ਪਾਸੇ ਜਿਹੜਾ ਸੁੰਨੀ ਕੇਂਦਰੀ ਵਕਫ ਬੋਰਡ ਹੈ ਉਹਨੇ ਇਹ ਗੱਲ ਕਹੀ ਹੈ ਕਿ ਅਯੁੱਧਿਆ ਦੇ ਵਿੱਚ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਲੈਣ ਜਾਂ ਨਾ ਲੈਣ ਦੇ ਬਾਰੇ ਫੈਸਲਾ 26 ਨਵੰਬਰ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾਊਗਾ। ਉੱਤਰ ਪ੍ਰਦੇਸ਼ ਸੁੰਨੀ ਕੇਂਦਰ ਵਕਫ ਬੋਰਡ ਦੇ ਚੇਅਰਮੈਨ
ਜ਼ਫਰ ਫਾਰੂਕੀ ਜਿਹੜਾ ਜੀ ਉਹ ਕਹਿੰਦਾ ਕਿ ਜ਼ਮੀਨ ਸੰਬੰਧੀ ਉਹਨਾਂ ਨੂੰ ਵੱਖੋ ਵੱਖਰੇ ਸੁਝਾਓ ਜਿਹੜੇ ਆ ਜੀ ਉਹ ਮਿਲ ਰਹੇ ਆ। ਔਰ ਜਿਹੜੇ AIMIM ਦੇ ਮੁਖੀ ਆ ਅਸੂਦੀਨ ਓਵੈਸੀ, ਉਹਨੇ ਸੁਪਰੀਮ ਕੋਰਟ ਦੇ ਵੱਲੋਂ ਅਯੁੱਧਿਆ ਕੇਸ ਦੇ ਵਿੱਚ ਸੁਣਾਏ ਗਏ ਫੈਸਲੇ ਦੇ ਉੱਤੇ ਸਵਾਲ ਜਿਹੜਾ ਜੀ ਉਹ ਖੜਾ ਕੀਤਾ। ਉਹਨੇ ਓਵੈਸੀ ਨੇ ਇਹ ਗੱਲ ਕਹੀ ਆ ਕਿ ਜੇ ਬਾਬਰੀ ਮਸਜਿਦ ਹੋਣ ਦੇ ਵਿੱਚ ਸੀ ਤਾਂ ਇਹਦੀ ਜ਼ਮੀਨ ਉਹਨਾਂ ਨੂੰ ਕਿਉਂ ਸੌਂਪ ਦਿੱਤੀ ਗਈ ਜਿਨ੍ਹਾਂ ਇਹਨੂੰ ਢਾਇਆ ਸੀਗਾ। ਜੇਕਰ ਇਹ ਹੋਣ ਦੇ ਵਿੱਚ ਨਹੀਂ ਸੀ ਤਾਂ ਇਹਨੂੰ ਢਾਉਣ ਦਾ ਕੇਸ ਕਿਉਂ ਚੱਲਿਆ ਤੇ ਇਸ ਕੇਸ ਦੇ ਵਿੱਚੋਂ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਵਾਪਸ ਕਿਉਂ ਲਿਆ ਗਿਆ, ਤੇ ਜੇਕਰ ਬਾਬਰੀ ਮਸਜਿਦ ਸੀ ਤਾਂ ਇਸ ਦੀ ਜ਼ਮੀਨ ਮੈਨੂੰ ਦਿੱਤੀ ਜਿਹੜਾ ਜੀ ਉਹ ਜਾਵੇ। ਉਹਨੇ ਇਹ ਵੀ ਪ੍ਰਤੀਕਿਰਿਆ ਜ਼ਾਹਰ ਕੀਤੀ ਕਿ ਇਹ ਬੁਨਿਆਦੀ ਸਵਾਲ ਹੈ ਔਰ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਉਹਨੇ ਕਿਹਾ ਕਿ ਬਾਬਰੀ ਮਸਜਿਦ ਮੇਰਾ ਕਾਨੂੰਨੀ ਅਧਿਕਾਰ ਹੈ, ਮੈਂ ਮਸਜਿਦ ਲਈ ਲੜ ਰਿਹਾ ਨਾ ਕਿ ਜ਼ਮੀਨ ਦੇ ਵਾਸਤੇ। ਓਵੈਸੀ ਨੇ ਇਹ ਵੀ ਗੱਲ ਕਹੀ ਆ ਕਿ 5 ਏਕੜ ਦੀ ਖੈਰਾਤ ਜਿਹੜੀ ਵੀ ਉਹ ਨਹੀਂ ਲਈ ਜਾਊਗੀ। ਹੁਣ ਦੇਖਦੇ ਹਾਂ ਜੀ ਇਹਦੇ ਉੱਤੇ ਕੀ ਜਿਹੜਾ ਜੀ ਅੱਗੇ ਆਉਂਦਾ। ਪਰ ਇਹਦੇ ਵਿੱਚ ਇੱਕ ਫਿਲਮੀ ਜਿਹੜੇ ਲੇਖਕ ਨੇ, ਫਿਲਮੀ ਪਰਸਨੈਲਿਟੀ ਨੇ ਸਲੀਮ ਖਾਨ ਹੁਰੀ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਫੈਸਲਾ ਆਇਆ ਉਹਦੇ ਉੱਤੇ ਟਿੱਪਣੀ ਕਰਦਿਆਂ ਹੋਇਆ ਮੁਸਲਿਮ ਭਾਈਚਾਰੇ ਨੂੰ ਜਿਹੜੀ 5 ਏਕੜ ਜ਼ਮੀਨ ਦਿੱਤੇ ਜਾਣ ਦੀ ਗੱਲ ਕਹੀ ਆ ਅਦਾਲਤ ਦੇ ਵੱਲੋਂ, ਇਹ ਅਪੀਲ ਕੀਤੀ ਆ ਕਿ ਮਸਜਿਦ ਦੀ ਥਾਂ ਦੇ ਉੱਤੇ ਸਕੂਲ ਤੇ ਹਸਪਤਾਲ ਜਿਹੜੇ ਦੀ ਉੱਥੇ ਬਣਾ ਦੇਣੇ ਚਾਹੀਦੇ ਆ। ਉਹਨਾਂ ਜਿਹੜੀਆਂ ਵੱਡੀਆਂ ਫਿਲਮਾਂ ਲਿਖਣ ਵਾਲੇ ਜਿਹੜੇ ਸਲੀਮ ਖਾਨ ਨੇ, 83 ਸਾਲਾਂ ਦੇ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਚੰਗਾ ਹੋਇਆ ਕਿ ਅਖੀਰ ਇਹ ਮੁੱਦਾ ਜਿਹੜਾ ਜੀ ਖਤਮ ਹੋ ਗਿਆ। ਉਹਨਾਂ ਨੇ ਕਿਹਾ ਕਿ ਇੱਕ ਫਿਲਮ ਦੀ ਤਰ੍ਹਾਂ ਇਹ ਖਤਮ ਹੋ ਗਿਆ, ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਇਹਦੀ ਆਲੋਚਨਾ ਕਰਦੇ ਹੋ, ਇਹਨੂੰ ਚੰਗਾ ਕਹਿੰਦੇ ਹੋ ਜਾਂ ਕੁਛ ਵੀ। ਉਹਨਾਂ ਕਿਹਾ ਕਿ ਇਹ ਖਤਮ ਹੋ ਗਿਆ ਔਰ ਇਹ ਕਈ ਵਰ੍ਹਿਆਂ ਤੋਂ ਚੱਲ ਰਿਹਾ ਸੀ, ਬਹੁਤ ਲੰਬਾ ਜਿਹੜਾ ਜੀ ਉਹ ਖਿੱਚਿਆ ਗਿਆ। ਇਹ ਵੀ ਕਿਹਾ ਉਹਨਾਂ ਨੇ ਕਿ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਤੇ ਹੋਰ ਇਹਨੂੰ ਲੰਬਾ ਜਿਹੜਾ ਜੀ ਉਹ ਜਾਰੀ ਨਹੀਂ ਰੱਖਿਆ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਨਮਾਜ਼ ਪੜ੍ਹਨੀ ਹੈ ਤੇ ਕਿਤੇ ਵੀ ਪੜ੍ਹੀ ਜਾ ਸਕਦੀ ਆ, ਰੇਲ ਗੱਡੀ 'ਚ, ਜਹਾਜ਼ 'ਚ ਸਫ਼ਰ ਕਰਦਿਆਂ। ਇਹ ਵੀ ਕਿਹਾ ਕਿ ਸਾਨੂੰ ਸਾਫ਼ ਜਗ੍ਹਾ ਦੀ ਜਿਹੜੀ ਜੀ ਉਹ ਲੋੜ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਲੋੜ ਸਕੂਲ, ਕਾਲਜ ਤੇ ਹੋਸਪਿਟਲਾਂ ਦੀ ਹੈ, ਸਾਨੂੰ ਇਸ ਪਾਸੇ ਵੱਲ ਜਿਹੜਾ ਵੀ ਉਹ ਧਿਆਨ ਦੇਣਾ ਚਾਹੀਦਾ। ਵੈਸੇ ਇਹ ਤੋਂ ਪਹਿਲਾਂ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਨੇ ਇੱਕ ਵਾਰੀ ਅਪੀਲ ਇਹ ਕੀਤੀ ਸੀਗੀ ਕਿ ਜਿਹੜੀ ਇਹ ਵਿਵਾਦਿਤ ਜਗ੍ਹਾ ਹੈ ਇੱਥੇ ਜਿਹੜਾ ਵੀ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਹੈ। ਖੈਰ ਹੁਣ ਤਾਂ ਉਹਦੇ ਸੰਬੰਧੀ ਜਿਹੜਾ ਵੀ ਉਹ ਫੈਸਲਾ ਕਿਉਂਕਿ ਆ ਚੁੱਕਿਆ ਹੋਇਆ ਸੁਪਰੀਮ ਕੋਰਟ ਦਾ, ਉਹ ਤਾਂ ਗੱਲ ਜਿਹੜੀ ਵੀ ਉਹ ਬਾਅਦ ਵਾਲੀ ਹੋਗੀ। ਪਰ ਸਲੀਮ ਖਾਨ ਹੋਰਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਵੀ ਇਹ ਸੁਝਾਓ ਹੈ, ਇਹ ਜ਼ਰੂਰ ਮਾਇਨੇ ਕਿਤੇ ਨਾ ਕਿਤੇ ਜਿਹੜੇ ਵੀ ਉਹ ਰੱਖਦਾ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਬਲੇਜ ਮੈਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਦੇਵ ਮੈਨੂੰ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ 'ਤੇ ਨਜ਼ਰ, ਅਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਸੁਣਦੇ ਰਹੋ ਪੰਜਾਬੀ ਰੇਡੀਓ USA, ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।